ਦੱਸਦੇ ਕਿ HSDPC ਦਾ ਕਲੇਸ਼ ਮੁੜ ਤੋਂ ਵੱਧ ਹਨਸਰਾ ਹੈ ਤੇ ਹੁਣ ਦਾਦੂਵਾਲ ਨੇ ਮੌਜੂਦਾ HSDPC ਪ੍ਰਧਾਨ ਤੇ ਗੰਭੀਰ ਇਲਜ਼ਾਮ ਲਗਾਏ ਨੇ। ਪ੍ਰਧਾਨ ਮਹੰਤ ਕਰਮਜੀਤ ਸਿੰਘ ਤੇ ਦਾਦਾਗਿਰੀ ਦੇ ਇਲਜ਼ਾਮ ਲਗਾਏ ਗਏ ਨੇ ਤੇ ਉੱਥੇ ਹਰਿਆਣਾ ਸੈਕਟਰ ਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਮੁਲਾਜ਼ਮਾਂ ਦੇ ਨਾਲ ਗੁੰਡਾਗਰਦੀ ਦੇ ਵੀ ਇਲਜ਼ਾਮ ਲਗਾਏ ਗਏ ਨੇ ਤੇ ਮਹੰਤ ਕਰਮਜੀਤ ਸਿੰਘ HSDPC ਦੀ ਪ੍ਰਧਾਨਗੀ ਦੇ ਲਾਇਕ ਨਹੀਂ ਹੈ ਇਹ ਕਹਿਣਾ ਹੈ ਦਾਦੂਵਾਲ ਹੋਰਾਂ ਦਾ। ਦੱਸਦੀਏ ਕਿ ਸਾਬਕਾ ਪ੍ਰਧਾਨ ਦਾ ਮੌਜੂਦਾ ਪ੍ਰਧਾਨ ਤੇ ਕਿਤੇ ਨਾ ਕਿਤੇ ਗੰਭੀਰ ਇਲਜ਼ਾਮ। ਸਾਫ਼ ਤੌਰ ਤੇ ਦਾਦਾਗਿਰੀ ਗੁੰਡਾਗਰਦੀ ਦੇ ਇਲਜ਼ਾਮ ਲਗਾਏ ਗਏ ਨੇ। ਸੋ HSDPC ਦਾ ਮੁੜ ਤੋਂ ਕਲੇਸ਼ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਦਾਦੂਵਾਲ ਨੇ ਮੌਜੂਦਾ HSDPC ਪ੍ਰਧਾਨ ਤੇ ਗੰਭੀਰ ਇਲਜ਼ਾਮ ਲਾਏ ਨੇ। ਪ੍ਰਧਾਨ ਮਹੰਤ ਕਰਮਜੀਤ ਤੇ ਦਾਦਾਗਿਰੀ ਦੇ ਇਲਜ਼ਾਮ ਲਗਾਏ ਗਏ ਨੇ। HSDPC ਦੇ ਮੈਂਬਰਾਂ ਤੇ ਮੁਲਾਜ਼ਮਾਂ ਦੇ ਨਾਲ ਗੁੰਡਾਗਰਦੀ ਦੇ ਵੀ ਇਲਜ਼ਾਮ ਲਗਾਏ ਗਏ ਨੇ। ਮਹੰਤ ਕਰਮਜੀਤ ਸਿੰਘ ਇਸ ਸੰਸਥਾ ਨੂੰ ਚਲਾਉਣ ਦੇ ਅਸਮਰਥ ਹੈ। ਜੋ ਗੱਲਾਂ ਮੈਂ ਉਸ ਵੇਲੇ ਕਹੀਆਂ ਸੀ ਕਿ ਮਹੰਤ ਕਰਮਜੀਤ ਸਿੰਘ ਆਪਣਾ ਡੋਪ ਟੈਸਟ ਕਰਾਏ ਤਾਂ ਕਈਆਂ ਨੂੰ ਉਸ ਵੇਲੇ ਇਤਰਾਜ਼ ਲੱਗਾ ਸੀ, ਜਿਹੜੇ ਜਾਣਦੇ ਨਹੀਂ ਸੀ ਕਿਉਂਕਿ ਨਵਾਂ ਸੀ ਇਸ ਖੇਤਰ ਦੇ ਅੰਦਰ। ਪਰ ਅੱਜ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਵਾਕਿਆ ਹੀ ਮਹੰਤ ਕਰਮਜੀਤ ਸਿੰਘ ਕੁਝ ਐਸਾ ਸੇਵਨ ਕਰਦਾ ਤੇ ਉਹ ਖਾ ਪੀ ਕੇ ਸੁੱਤਾ ਰਹਿੰਦਾ। ਉਹ ਇਸ ਸੰਸਥਾ ਨੂੰ ਅੱਜ ਤੱਕ ਮਹੰਤ ਕਰਮਜੀਤ ਸਿੰਘ ਪ੍ਰਧਾਨ ਬਣਨ ਤੋਂ ਬਾਅਦ ਕਈ ਮਹੀਨੇ ਬੀਤ ਗਏ ਆ, 52 ਗੁਰਦੁਆਰਿਆਂ 'ਚ ਨਹੀਂ ਜਾ ਸਕਿਆ। ਜਿਸ ਗੱਡੀ ਦਾ ਡਰਾਈਵਰ ਹੀ ਨਸ਼ਈ ਹੋਵੇ ਉਹ ਗੱਡੀ ਕਿੱਥੇ ਜਾ ਸਕਦੀ ਆ, ਉਹ ਐਕਸੀਡੈਂਟ ਹੋਏਗੀ। ਮਹੰਤ ਕਰਮਜੀਤ ਸਿੰਘ ਜਿਹੜਾ ਇਹਨਾਂ ਚੀਜ਼ਾਂ ਦਾ ਸੇਵਨ ਕਰਦਾ ਹੈ ਉਹਨੇ ਅੱਜ ਜਿਹੜਾ ਹਾਲ ਕਮੇਟੀ ਦਾ ਕਰ ਦਿੱਤਾ ਤੁਹਾਡੇ ਸਾਹਮਣੇ। ਮੈਂ ਕਿਹਾ ਸੀ ਕਿ ਜਿਹੜੀ ਕਮੇਟੀ ਅਸੀਂ ਬਾਦਲ ਪਰਿਵਾਰ ਨਾਲ ਬਾਦਲ ਦਲ ਨਾਲ ਲੜ ਕੇ ਹੋਂਦ ਵਿੱਚ ਲਿਆਂਦੀ ਆ ਤੇ ਜਿਹੜਾ ਬਾਦਲ ਦਲ ਦਾ ਪ੍ਰਸ਼ੰਸਕ ਹੋਵੇ, ਬਾਦਲ ਦਲ ਦਾ ਚਹੇਤਾ ਹੋਵੇ, ਚਾਪਲੂਸ ਹੋਵੇ, ਬਾਦਲ ਦਲ ਦੇ ਥਾਪੇ ਜਥੇਦਾਰਾਂ ਕੋਲੇ ਰਾਤਾਂ ਕੱਟਦਾ ਹੋਵੇ, ਉਹਨਾਂ ਨਾਲ ਵੱਖ ਵੱਖ ਸਟੇਟਾਂ 'ਚ ਘੁੰਮਦਾ ਹੋਵੇ ਤੇ ਜਿਨ੍ਹਾਂ ਨੇ ਉਹਨੂੰ ਬਣਾਉਣ ਵਿੱਚ ਆਪਣਾ ਰੋਲ ਵੀ ਅਦਾ ਕੀਤਾ ਹੋਵੇ, ਉਹ ਹਰਿਆਣਾ ਕਮੇਟੀ ਨੂੰ ਕਿਸ ਤਰ੍ਹਾਂ ਸੁਚੱਜਾ ਚਲਾਵੇਗਾ। ਸੋ ਜਿਸ ਹਿਸਾਬ ਦੇ ਨਾਲ ਤੁਸੀਂ ਇਹ ਬਿਆਨ ਸੁਣਿਆ ਤਾਂ ਉਸ ਤੋਂ ਬਾਅਦ ਕੀ ਤਰ੍ਹਾਂ ਦੇ ਵੱਡੇ ਸਵਾਲ, ਕਿਉਂਕਿ HSDPC ਦਾ ਮੁੜ ਤੋਂ ਕਲੇਸ਼ ਵੱਧਦਾ ਹੋਇਆ ਨਜ਼ਰ ਆਇਆ ਤੇ ਦਾਦੂਵਾਲ ਨੇ ਮੌਜੂਦਾ HSDPC ਦੇ ਪ੍ਰਧਾਨ ਤੇ ਗੰਭੀਰ ਇਲਜ਼ਾਮ ਲਗਾਏ ਨੇ। ਮਹੰਤ ਕਰਮਜੀਤ ਸਿੰਘ ਤੇ ਦਾਦਾਗਿਰੀ ਦੇ ਇਲਜ਼ਾਮ ਲੱਗੇ ਨੇ, ਗੁੰਡਾਗਰਦੀ ਦੇ ਇਲਜ਼ਾਮ ਲੱਗੇ ਨੇ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਇਹ ਵੀ ਗੱਲਬਾਤ ਕੀਤੀ ਗਈ ਹੈ ਕਿ ਮਹੰਤ ਕਰਮਜੀਤ ਸਿੰਘ HSDPC ਦੇ ਪ੍ਰਧਾਨਗੀ ਦੇ ਲਾਇਕ ਨਹੀਂ ਹੈ। ਸੋ ਸਾਬਕਾ ਪ੍ਰਧਾਨ ਦਾ ਮੌਜੂਦਾ ਪ੍ਰਧਾਨ ਤੇ ਕਿਤੇ ਨਾ ਕਿਤੇ ਗੰਭੀਰ ਇਲਜ਼ਾਮ। ਸਾਫ਼ ਤੌਰ 'ਤੇ ਗੱਲਬਾਤ ਕੀਤੀ ਗਈ ਹੈ ਕਿ ਮਹੰਤ ਕਰਮਜੀਤ ਸਿੰਘ HSDPC ਦੀ ਪ੍ਰਧਾਨਗੀ ਦੇ ਲਾਇਕ ਨਹੀਂ ਹੈ। HSDPC ਦੇ ਮੈਂਬਰਾਂ ਅਤੇ ਮੁਲਾਜ਼ਮਾਂ ਦੇ ਨਾਲ ਗੁੰਡਾਗਰਦੀ ਦੇ ਵੀ ਇਲਜ਼ਾਮ ਲਗਾਏ ਗਏ ਨੇ। ਦਾਦਾਗਿਰੀ ਦੇ ਇਲਜ਼ਾਮ ਲਗਾਏ ਗਏ ਨੇ ਕਿ ਦਾਦਾਗਿਰੀ ਕੀਤੀ ਜਾ ਰਹੀ ਹੈ ਮੌਜੂਦਾ ਪ੍ਰਧਾਨ ਦੁਆਰਾ। ਸੋ HSDPC ਦਾ ਕਲੇਸ਼ ਮੁੜ ਤੋਂ ਵੱਧਦਾ ਹੋਇਆ ਨਜ਼ਰ ਆ ਰਿਹਾ। ਸੋ ਦਾਦੂਵਾਲ ਨੇ, ਬਲਜੀਤ ਸਿੰਘ ਦਾਦੂਵਾਲ ਨੇ ਮੌਜੂਦਾ HSDPC ਦੇ ਪ੍ਰਧਾਨ ਤੇ ਗੰਭੀਰ ਇਲਜ਼ਾਮ ਲਗਾਏ ਨੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਹੰਤ ਕਰਮਜੀਤ ਸਿੰਘ ਤੇ ਦਾਦਾਗਿਰੀ ਦੇ ਇਲਜ਼ਾਮ ਲਗਾਏ ਗਏ ਨੇ।